ਕੀਤਾ, ਕਹਿੰਦੇ ਕਾਂਗਰਸ ਦੀ ਸਰਕਾਰ ਸੀ ਉਸ ਵਿੱਚ ਘੁਟਾਲਾ ਹੋਇਆ ਵਾ, ਜਿਹੜੀ ਉਮੀਦਵਾਰ ਸੀ ਉਹ ਡਿਪਟੀ ਮੇਅਰ ਸੀ ਉਸ ਵਕਤ, ਤੇ ਕਹਿੰਦੇ ਇਹਨਾਂ ਦੇ ਵਿੱਚ ਸੰਮਿਲਿਤ ਸੀਗੇ, ਕਿੱਦਾਂ ਦੇਖਦੇ ਸੀ? ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਕਿਸੇ ਨੂੰ ਇੱਥੇ ਨਿੰਦਣ ਲਈ ਨਹੀਂ ਆਈ, ਮੈਂ ਇੱਥੇ ਕਾਂਗਰਸ ਪਾਰਟੀ ਦੀ ਹਿਮਾਇਤ ਕਰਨ ਦੇ ਲਈ ਆਈ ਹਾਂ। ਮੈਂ ਸੁਰਿੰਦਰ ਕੌਰ ਜੀ ਦੀ ਮੇਰੇ ਨਾਲ ਗੱਲ ਕਰੋ, ਜਿਨ੍ਹਾਂ ਨੇ ਮਗਰਲੇ 25 ਸਾਲ ਬੜੀ ਵਫ਼ਾਦਾਰੀ ਨਾਲ ਮਿਹਨਤ ਦੇ ਨਾਲ ਆਪਣਾ ਫਰਜ਼ ਨਿਭਾਇਆ ਕਾਂਗਰਸ ਪਾਰਟੀ ਦੇ ਪ੍ਰਤੀ। ਅੱਜ ਮੈਂ ਉਹਨਾਂ ਦੇ ਚੋਣ ਪ੍ਰਚਾਰ ਦੂਜੇ ਪਾਸੇ ਕੈਂਡੀਡੇਟ ਮੈਂ ਕਿਸੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲਾਂ ਭਾਜਪਾ ਨਾਲ ਸੀ ਤੇ ਭਾਜਪਾ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਜਿਹੜੇ ਕੀ ਹੈ ਵੱਖ ਵੱਖ ਲੋਕਾਂ ਕੋਲੋਂ ਕਹਿੰਦੇ ਅਪੀਲ ਕਰਦੇ ਮੇਰੇ ਕੋਲ 1 ਰੁਪਿਆ ਨਹੀਂ ਲੜਨ ਲਈ, ਤੇ ਕੁਛ ਲੋਕ ਅੱਗੇ ਵੀ ਆ ਰਹੇ ਸੀਗੇ, ਤੇ ਹੁਣ ਇਹਦੇ ਫੈਸਲੇ ਨੂੰ ਕਿੱਦਾਂ ਦੇਖਦੇ? ਇੱਕਦਮ ਉਹਨਾਂ ਨੇ ਅੱਜ ਪਾਰਟੀ ਹੀ ਬਦਲ ਲਈ। ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਇਹ ਲੱਗਦਾ ਸੀ ਸ਼ਾਇਦ ਅਕਾਲੀ ਦਲ ਮਦਦ ਕਰੂਗਾ, ਪਰ ਅਕਾਲੀ ਦਲ ਕੰਪਲੀਟਲੀ ਕੋਲੈਪਸ ਹੋ ਚੁੱਕਿਆ ਹੈ, ਖਤਮ ਹੋ ਚੁੱਕਿਆ ਅਕਾਲੀ ਦਲ। ਉਹਨਾਂ ਨੇ ਆਪਦੀ ਪਾਰਟੀ ਬਦਲਣੀ, ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਮੈਂ ਦੂਜੀ ਪਾਰਟੀ ਚਲੀ ਜਾਊਂਗੀ ਤਾਂ ਮੇਰਾ ਕੋਈ ਕੁਛ ਨਾ ਕੁਛ ਹੀਲਾ ਵਸੀਲਾ ਹੋ ਜਾਊਗਾ। ਮੈਂ ਉਹਨਾਂ ਨੂੰ ਗੁੱਡ ਲੱਕ ਵਿਸ਼ ਕਰਦੀ ਹਾਂ, ਮੈਂ ਬਿਲਕੁਲ ਮਾੜਾ ਨਹੀਂ ਕਹਿਣਾ ਚਾਹੁੰਦੀ। ਇਹ ਡੈਮੋਕ੍ਰੇਸੀ ਹੈ, ਜਿੱਥੇ ਕਿਸੇ ਦਾ ਜੀ ਕਰਦਾ ਅਗਲਾ ਉਹ ਪਾਰਟੀ ਜੁਆਇਨ ਕਰੇ। ਤੇ ਮੈਂ ਫਿਰ ਇਹੀ ਕਹੂੰਗੀ, ਮੈਂ ਸੁਰਿੰਦਰ ਕੌਰ ਜੀ ਦੇ ਪ੍ਰਚਾਰ 'ਚ ਆਈ ਹਾਂ, ਇਹ ਦਲ ਬਦਲੂ ਜਿੰਨੇ ਵੀ ਹੈ ਇਹਨਾਂ ਨੂੰ ਸਹੀ ਚਿਹਰਾ ਸਾਡੀ ਜਨਤਾ ਨੇ ਵਿਖਾਉਣਾ। ਪਰ ਮੈਨੂੰ ਕਦੇ ਇਤਿਹਾਸ 'ਚ ਦੇਖਿਆ 100 ਸਾਲ ਪੁਰਾਣੀ ਪਾਰਟੀ ਸੀਗੀ, ਪਹਿਲਾਂ ਤਾਂ ਚਲੋ ਸੁਖਬੀਰ ਬਾਦਲ ਹੁਣ ਕਹਿੰਦਾ ਕਿ ਅਸੀਂ ਹਾਥੀ ਦੇ ਮਗਰ ਚੱਲਾਂਗੇ ਆਪਣੀ ਨਿਸ਼ਾਨ ਨੂੰ ਛੱਡ ਕੇ, ਤੇ ਚਲੋ ਹੁਣ ਤਾਂ ਉਮੀਦਵਾਰੀ ਛੱਡ ਗਈ ਹੈਗੀ ਹੈ, ਹਾਲਾਤ ਇੱਦਾਂ ਦੇ ਕਿੱਦਾਂ ਦੇ ਲੱਗਦੇ ਰਾਜਨੀਤੀ 'ਚ? ਇਹ ਹੋਣਾ ਹੀ ਸੀ, ਅਕਾਲੀ ਦਲ ਦੇ ਨਾਲ ਇਹ ਹੋਣਾ ਤੈਅ ਸੀ, ਬਿਕੋਜ਼ ਜਦੋਂ ਇਹਨਾਂ ਦੇ ਕੋਲ ਰਾਜਭਾਗ ਸੀ ਨਾ, ਇਹਨਾਂ ਨੇ ਪੰਜਾਬ ਦੀ ਬਰਬਾਦੀ ਦੇ ਲਈ ਕੰਮ ਕੀਤਾ, ਪੰਜਾਬ ਦੇ ਫਾਇਦੇ ਲਈ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ। ਤੁਸੀਂ ਇਹਨਾਂ ਦਾ ਕਾਰਜਕਾਲ ਕੱਢ ਕੇ ਵੇਖ ਲਓ, ਜਿੰਨੇ ਮਾੜੇ ਕੰਮ ਸ਼ੁਰੂ ਹੋਏ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਦੇ ਰਾਜ ਦੇ ਦੌਰਾਨ ਸ਼ੁਰੂ ਹੋਏ। ਪੰਜਾਬ ਦੇ ਬੱਚਿਆਂ ਨੂੰ ਚਿੱਟੇ ਦਾ ਨਸ਼ੇ ਦਾ ਨਾਮ ਨਹੀਂ ਸੀ ਪਤਾ ਹੁੰਦਾ। ਇਹ ਜਿੰਨੀਆਂ ਅੱਜ ਸਾਡੀਆਂ ਮਾਵਾਂ ਔਰ ਭੈਣਾਂ ਜਿਨ੍ਹਾਂ ਦੇ ਘਰ 'ਚ ਨਸ਼ਾ ਹੈ, ਤੁਹਾਨੂੰ ਪਤਾ ਹੈ ਜਿਸ ਘਰ ਦੇ ਵਿੱਚ ਨਸ਼ਾ ਹੁੰਦਾ ਨਾ, ਜਾਂ ਉਹਦੀ ਘਰ ਵਾਲੀ ਨੂੰ ਪਤਾ ਹੁੰਦਾ ਜਾਂ ਮਾਂ ਨੂੰ ਪਤਾ ਹੁੰਦਾ, ਕਿਉਂਕਿ ਮੁੰਡਾ ਕਮਾਈ ਨਹੀਂ ਕਰਦਾ, ਉੱਥੇ ਮੁੰਡੇ ਨੂੰ ਰੋਜ਼ ਇੱਕ ਨਵੀਂ ਚੀਜ਼ ਚਾਹੀਦੀ ਹੈ ਜਿਹਨੂੰ ਵੇਚ ਕੇ ਉਹ ਨਸ਼ਾ ਖਰੀਦ ਸਕੇ। ਠੀਕ ਹੈ, ਇਹਨਾਂ ਨੇ ਪੈਸਾ ਇਕੱਠੇ ਕਰਨ ਦੇ ਮਾਰਿਆਂ ਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ। ਇਹ ਨਸ਼ਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਦੇਣ ਹੈ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੀ ਦੇਣ ਹੈ, ਇਹ ਬਾਦਲ ਪਰਿਵਾਰ ਦੀ ਦੇਣ ਹੈ। ਇਹ ਪਤਨ ਹੋਣਾ ਹੀ ਸੀ, ਹਜੇ ਨਹੀਂ ਹੋਇਆ, ਹਜੇ ਤੁਸੀਂ ਵੇਖੋਗੇ ਜਦੋਂ ਜ਼ੀਰੋ ਰਹਿ ਗਿਆ ਕਿ ਉਦੋਂ ਪਤਾ ਲੱਗੂ। ਬੜਾ ਤੁਸੀਂ ਗਲੀਆਂ 'ਚ ਘੁੰਮਦੇ ਪਏ, ਥੋੜ੍ਹੇ ਦਿਨ ਪਹਿਲਾਂ ਵੀ ਤੁਸੀਂ ਆਏ ਸੀ, ਇੱਥੇ ਦੇ ਲੋਕ ਬੇਸਿਕ ਮੁੱਦਿਆਂ 'ਤੇ ਵਿਚਾਰੇ ਗੱਲ ਕਰਦੇ ਵੀ, ਕਹਿੰਦੇ ਪਾਣੀ ਦੀ ਸਮੱਸਿਆ ਹੈਗੀ, ਸੀਵਰੇਜ ਸਮੱਸਿਆ ਹੈ, ਯਾਨੀ ਕਿ ਅਸੀਂ ਇੰਨੇ ਯੁੱਗ ਜੀ ਰਹੇ ਹਾਂ ਅਤੇ ਅੱਜ ਵੀ ਇੱਦਾਂ ਦੇ ਹਾਲਾਤਾਂ 'ਚ ਜਿਹੜੇ ਕਿ ਲੋਕ ਵਿਚਰ ਰਹੇ ਨੇ। ਦੇਖੋ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਬੇਸਿਕ ਇਨਫਰਾਸਟ੍ਰਕਚਰ ਕਿਸੇ ਵੀ ਇਲਾਕੇ ਨੂੰ ਦੇਣਾ। ਅੱਜ ਵੀ ਐਡਾ ਵੱਡਾ ਇੰਡਸਟਰੀਅਲ ਸ਼ਹਿਰ ਹੈ ਜਲੰਧਰ, ਅਤੇ ਅੱਜ ਵੀ ਪਾਣੀ ਦੀ ਸਮੱਸਿਆ ਹੈ। ਠੀਕ ਹੈ, ਬੇਸਿਕ ਇਨਫਰਾਸਟ੍ਰਕਚਰ ਮਗਰਲੇ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਲੰਧਰ ਨੂੰ ਦੇ ਨਹੀਂ ਸਕੀ। ਮੈਂ ਬਾਕੀ ਸਾਰੇ ਪੰਜਾਬ ਦੀ ਗੱਲ ਨਹੀਂ ਕਰ ਰਹੀ, ਬਾਕੀ ਸਾਰੇ ਪੰਜਾਬ ਦਾ ਇਦੋਂ ਵੀ ਮਾੜਾ ਹਾਲ ਹੈ, ਦਿਨ ਦਿਹਾੜੇ ਕਤਲ ਹੋ ਜਾਂਦੇ ਹੈ। ਕਤਲ ਹੋ ਗਿਆ ਇਹ ਤਾਂ ਖਬਰ ਸੁਣੀਦੀ ਹੈ, ਪਰ ਇਹ ਕਦੀ ਨਹੀਂ ਸੁਣਿਆ ਕਿ ਕਾਤਲ ਫੜਿਆ ਗਿਆ, ਇਨਸਾਫ ਮਿਲਿਆ, ਕਦੀ ਨਹੀਂ ਸੁਣਿਆ, ਕਿਸੇ ਪਰਿਵਾਰ ਨੂੰ ਵੀ ਨਹੀਂ ਆਪਾਂ ਸੁਣਿਆ। ਸੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਸਿਕ ਇਨਫਰਾਸਟ੍ਰਕਚਰ ਜਲੰਧਰ ਨੂੰ ਨਹੀਂ ਦੇ ਸਕੀ। ਇਹ ਜਲੰਧਰ ਦੀਆਂ ਗਲੀਆਂ ਦੱਸਦੀਆਂ, ਜਲੰਧਰ ਦੇ ਲੋਕ ਦੱਸਦੇ ਹੈ, ਤੇ ਇਹਦਾ ਲੋਕਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਫਤਵਾ ਜਾਰੀ ਕਰਨਾ। ਆਖਰੀ ਸਵਾਲ ਹੈ, ਹੁਣ ਤੁਸੀਂ ਘੁੰਮੇ ਵੀ ਹੋ, ਕੀ ਲੱਗਦਾ ਪਿਆ ਸਥਿਤੀ ਕਿੱਥੇ ਦੇਖਦੇ ਪਏ ਕਾਂਗਰਸ ਦੀ, ਤੇ ਕੰਪੀਟੀਸ਼ਨ ਕਿੰਨਾ ਦੇਖਦੀ ਪਈ ਕਾਂਗਰਸ? ਮੈਂ ਕੋਈ ਕੰਪੀਟੀਸ਼ਨ ਨਹੀਂ ਵੇਖ ਰਹੀ, ਕੋਈ ਕੰਪੀਟੀਸ਼ਨ ਨਹੀਂ। ਇੱਕ ਵਫਾਦਾਰ ਦਾ ਧੋਖੇਬਾਜ਼ ਦੇ ਨਾਲ ਕੰਪੀਟੀਸ਼ਨ ਹੋ ਸਕਦਾ? ਤੁਸੀਂ ਮੈਨੂੰ ਦੱਸੋ, ਇੱਕ ਪਾਸੇ ਸੁਰਿੰਦਰ ਕੌਰ ਜੀ ਜਿਉਂ ਜੰਮੇ ਹੈ ਕਾਂਗਰਸ ਪਾਰਟੀ ਦੇ ਨਾਲ ਰਹੇ ਹੈ, ਤਨਦੇਹੀ ਦੇ ਨਾਲ ਬੜੀ ਮਿਹਨਤ ਦੇ ਨਾਲ ਆਪਦੀ ਜ਼ਿੰਮੇਵਾਰੀ ਨਿਭਾਈ ਹੈ, 4 ਵਾਰ ਦੇ MC ਹੈ। ਦੂਜੇ ਪਾਸੇ ਜਿੰਨੇ ਦੋਵੇਂ ਕੈਂਡੀਡੇਟ ਹੈ, ਦਲ ਬਦਲੂ ਹੈ, ਕਦੀ ਇਸ ਪਾਰਟੀ 'ਚ MLA ਤੇ ਫਿਰ ਛੱਡ ਕੇ ਦੂਜੀ 'ਚ ਚਲੇ ਗਏ, ਫਿਰ ਉਧਰੋਂ ਬਦਲ ਕੇ ਤੀਜੀ 'ਚ ਚਲੇ ਗਏ। ਸੋ ਇੱਕ ਇਹਨਾਂ ਦਾ ਮੁਕਾਬਲਾ ਨਹੀਂ ਹੋ ਸਕਦਾ, ਇਹ 2 ਪੋਲਸ ਹੈ। ਵਫਾਦਾਰ ਦਾ ਮਿਆਰ ਹਮੇਸ਼ਾ ਉੱਚਾ ਰਹਿੰਦਾ, ਧੋਖੇਬਾਜ਼ ਦਾ ਕਦੀ ਮੁਕਾਬਲਾ ਹੋ ਹੀ ਨਹੀਂ ਸਕਦਾ।
ਧੰਨਵਾਦ।